ਸਵਾਲ ਆ ਮੈਨੂੰ ਲੱਗਦਾ, ਜਿੱਥੋਂ ਤੱਕ ਮੈਨੂੰ ਲੱਗ ਰਿਹਾ ਵੀ ਵਧੀਆ ਬਣ ਗਿਆ। ਤੇ ਹੁਣ ਇਸ ਤੋਂ ਬਾਅਦ ਮੈਂ ਬਣਾਉਣੇ ਆ ਗੋਭੀਆਂ ਦੇ ਪਕੌੜੇ, ਬਿਕਾਜ਼ ਜਿਸ ਦਿਨ ਮੇਰੇ ਕੋਲ ਕੋਈ ਵੀ ਦਿਨ ਫ੍ਰੀ ਹੁੰਦਾ ਤਾਂ ਮੈਂ ਸਿਰਫ ਖਾਣ ਦਾ ਕੰਮ ਕਰਦੀ। ਥੈਂਕ ਯੂ। ਜਦੋਂ ਵੀ ਗੋਭੀ ਵਾਲੇ ਪਕੌੜੇ ਬਣਾਉਂਦੀ ਹਾਂ ਮੈਂ ਤਾਂ ਮੈਂ ਆਲਵੇਜ਼ ਪਹਿਲਾਂ ਇਹਨੂੰ ਬੋਇਲ ਕਰ ਲੈਂਦੀ ਹਾਂ। ਆਈ ਥਿੰਕ ਸਾਰੇ ਹੀ ਕਰਦੇ ਹੋਣਗੇ, ਇਹਦੇ ਨਾਲ ਕੀ ਹੁੰਦਾ ਥੋੜ੍ਹੇ ਵਧੀਆ ਬਣਦੇ ਆ। ਜਦੋਂ ਵੀ ਗੋਭੀ ਵਾਲੇ ਪਕੌੜੇ ਬਣਾਉਂਦੀ ਹਾਂ ਮੈਂ ਤਾਂ ਮੈਂ ਆਲਵੇਜ਼ ਪਹਿਲਾਂ ਇਹਨੂੰ ਬੋਇਲ ਕਰ ਲੈਂਦੀ ਹਾਂ। ਹੁਣ ਇਹਦੇ ਵਿੱਚ ਅਸੀਂ ਕਿੰਨਾ ਕੁਛ ਪਾ ਲਿਆ, ਪਾਲਕ ਆ, ਧਨੀਆ ਆ, ਬੇਸਣ ਆ, ਗੋਭੀ ਥੱਲੇ ਪਾਉਣੀ ਆ ਅਤੇ ਕਰਨੇ ਚਾਹੀਦੇ ਆ ਘਰ ਦੇ ਕੰਮ ਵੀ ਜਦੋਂ ਤੁਸੀਂ ਫ੍ਰੀ ਹੋਵੋ। ਵੱਖਰੀ ਗੱਲ ਆ, ਮੈਂ ਜਦੋਂ ਕੰਮ